ਇੱਕ ਕੋੜੀ ਹੁੰਦੀ ਹੈ ਇਹਨੂੰ ਜਲਦੀ ਘੋਣਾ ਨਹੀਂ ਲੱਗਦਾ ਅੰਬ ਮਰੀਂਡੀ ਇਹਦੇ ਨਾਲੋਂ ਸਸਤੀ ਵੀ ਹੁੰਦੀ ਹੈ ਤੇ ਉਹਨੂੰ ਘੋਣਾ ਘੋਣਾ ਲੱਗਣ ਦਾ ਵੀ ਚੱਕਰ ਪੈ ਸਕਦਾ ਉਹਦੀ ਟਾਲੀ ਸਾਗਵਾਨ ਪੁੱਛ ਰਹੇ ਹਾਂ ਜਿਵੇਂ ਆ ਬਣੇਗਾ ਆ ਸੋਫਾ ਬਣਿਆ ਪਾਲਿਸ਼ ਵਾਲਾ ਇਹ ਸਾਗਵਾਨ ਦੇ ਵਿੱਚ ਬਣਿਆ ਉਹ ਟਾਲੀ ਦੇ ਵਿੱਚ ਬਣਿਆ ਵੀ ਮੇਰੇ ਕਹਿਣ ਦਾ ਮਕਸਦ ਹੈ ਵੀ ਜਿਹੜੀ ਪਾਲਿਸ਼ ਵਾਲੀਆਂ ਆਈਟਮਾਂ ਹੁੰਦੀਆਂ ਗੀਆਂ ਉਹ ਟਾਲੀ ਸਾਗਵਾਨ ਦੇ ਵਿੱਚ ਬਣਦੀਆਂ ਹੁੰਦੀਆਂ ਇੱਕ ਕਸਟਮਰ ਨੇ ਉਹ ਸੋਫਾ ਦੇਖ ਕੇ ਇਹ 7 ਸੀਟਰ ਸੋਫਾ ਮਤਲਬ 7/2 7/8 ਕੁਛ ਐਦਾਂ ਦੀ ਮੇਜਰਮੈਂਟ ਦੇ ਵਿੱਚ ਬਣਿਆ ਪਿਆ ਤੇ ਇਹ ਕੁਰਸੀ ਕਿਸੇ ਹੋਰ ਸੋਫੇ ਦੇ ਨਾਲ ਸੀ ਪਰ ਕਸਟਮਰ ਨੂੰ ਸੋਫੇ ਦੀਆਂ ਕੁਰਸੀਆਂ ਵਧੀਆ ਲੱਗੀਆਂ ਇਹ ਸੋਫੇ ਦੇ ਨਾਲ ਇਹ ਕੁਰਸੀ ਐਡ ਕਰ ਲਈਆਂ ਵੀ ਆਪਣੇ ਅਕੋਰਡਿੰਗ ਆਪਾਂ ਸਾਰੀ ਚੀਜ਼ ਕਸਟਮਾਈਜ਼ ਕਰ ਸਕਦੇ ਹਾਂ ਬਸ ਜੋ ਵੀ ਕਸਟਮਰ ਸਾਡੇ ਕੋਲੋਂ ਥੋੜਾ ਜਿਹਾ ਸਾਨੂੰ ਟਾਈਮ ਦੇਵੇ ਥੋੜਾ ਸਮਾਂ ਦੇਵੇ ਅਗਲੇ ਦੇ ਅਕੋਰਡਿੰਗ ਸਾਰੀ ਚੀਜ਼ ਕਸਟਮਾਈਜ਼ ਹੋ ਜੂ ਹਾਂਜੀ ਵੀ ਫੋਰਨ ਦੇ ਵਿੱਚ ਵੀ ਮੰਗਵਾ ਸਕਦੇ ਹਾਂ ਹਾਂਜੀ ਫੋਰਨ ਦੇ ਵਿੱਚ ਵੀ ਮੰਗਵਾ ਸਕਦੇ ਕਸ ਫਿਰ ਇਹ ਬਾਲਾ ਮਹਿੰਗਾ ਨਹੀਂ ਪੈ ਜੂ ਨਹੀਂ ਮਤਲਬ ਕਸਟਮਰ ਨੀਅਰ ਬਾਈ ਪੋਸਟ ਦਾ ਸਾਡਾ ਐਡਰੈਸ ਭੇਜ ਕੇ ਆਫਰੇਟ ਵਗੈਰਾ ਪੁੱਛ ਸਕਦੇ ਨੇ ਪਰ ਬਹੁਤ ਕੰਟਰੀ ਇਹ ਜਿਹੜੇ ਆਪਾਂ ਪਹਿਲਾਂ ਵੀ ਦੱਸਿਆ ਹੋਇਆਗਾ ਕਿ ਰੀਜਨ ਵੀ ਕਰੂਗਾ ਇੰਡੀਆ ਦਾ ਫਰਨੀਚਰ ਬਹੁਤ ਸਸਤਾ ਪਊਗਾ ਨਾਲੇ ਅਗਲੇ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਚੀਜ਼ ਬਣੇ ਜੇ ਡਿਲੀਵਰੀ ਕਰਵਾਉਂਦੇ ਆ ਤਾਂ ਵੀ ਸਸਤਾ ਪਊਗਾ ਹਾਂ ਜੇ ਡਿਲੀਵਰੀ ਕਰਵਾਉਂਦੇ ਨੇ ਗਾਰੰਟੀ ਇਹਦੀ ਵੀ ਹੈ ਪੂਰੀ 5 ਸਾਲ ਦੀ ਦਬਣ ਦੀ ਗਾਰੰਟੀ ਹੈ ਸਾਰਾ 5 ਸਾਲ ਦੀ ਭਾਜੀ ਹਾਂ ਜੀ ਵੀਰੇ 5 ਸਾਲ ਦਾ ਭਾਜੀ ਹਰੇਕ ਹੀ ਗਾਰੰਟੀ ਦੇ ਦਿੰਦਾ ਸੀ ਕਿਵੇਂ ਜੀ ਮਨ ਹਾਂ ਵੀਰੇ ਲਿਖਤੀ ਚ ਗਾਰੰਟੀ ਹੈ ਸਾਰੀ ਲਿਖਤੀ ਚ ਲਿਖਤੀ ਚ ਗਾਰੰਟੀ ਹੈ ਔਰਲੀ ਗਾਰੰਟੀ ਨਹੀਂ ਹੈ ਇਹ ਲਿਖਤੀ ਦੇ ਵਿੱਚ ਗਾਰੰਟੀ ਹੈ ਲੋਵੀ ਦੋਸਤੋ ਤੁਹਾਡਾ ਸਵਾਗਤ ਕਰਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਭਾਜੀ ਕੋਲੇ ਆ ਗਏ ਆ ਤੇ ਪੁੱਛ ਪਾਜੀ ਸ਼ਸ਼ੀਕਾਲ ਸ਼ਸ਼ੀਕਾਲ ਵੀਰੇ ਸ਼ਸ਼ੀਕਾਲ ਜੀ ਪਾਜੀ ਅੱਜ ਸੋਫੇ ਦੇ ਵਿੱਚ ਕੋਈ ਮਾੜੇ ਮੋਢੇ ਕੁਆਲਿਟੀ ਦਿਖਾਓ ਤੇ ਰੇਟ ਰੂਟ ਦੱਸੋ ਹਾਂ ਜੀ ਹਾਂ ਪਹਿਲਾਂ ਮੈਂ ਤੁਹਾਨੂੰ ਸੋਫਾ ਦਿਖਾਉਣਾਗਾ ਠੀਕ ਆ ਇਹ ਕਿਹੜਾ ਸੋਫਾ ਪਾਜੀ ਇਹ ਮਤਲਬ ਹੁਣ ਤੱਕ ਦਾ ਪੂਰਾ ਹੌਟ ਸੇਲਿੰਗ ਸੋਫਾਗਾ ਇਹ ਸੋਫਾ 8 ਸੀਟਰ ਸੋਫਾਗਾ ਜੇ ਕੋਰਨਰ ਇਹਨੂੰ ਆਪਾਂ ਇਨਕਲੂਡ ਕਰੀਏ ਤਾਂ 8 ਸੀਟਰ ਸੋਫਾ ਬਣਦਾ ਪਰ ਇਹਦੀ ਖੁੱਲੀ ਡੁੱਲੀ ਜੋ ਕਪੈਸਿਟੀ ਹੈ 7 ਸੀਟਰ ਦੀਦੀ ਕਪੈਸਿਟੀ ਹੈ ਕੱਪੜਾ ਜਿਹੜੇ ਤੇ ਲੱਗਿਆਗਾ ਪੂਰਾ ਵਧੀਆ ਮਤਲਬ ਹਾਲੈਂਡ ਫੈਬਰਿਕ ਲੱਗਿਆ ਹੋਇਆਗਾ ਇਹ ਚ ਹੋਰ ਕਲਰ ਤੇ ਭਾਜੀ ਆਏ ਨਾ ਹੋਵੇ ਵੀ ਮੰਨ ਲਓ ਕੱਪੜਾ ਜਿਹੜਾ ਇੱਥੇ ਆਪਾਂ ਦਿਖਾ ਰਹੇ ਆਂ ਕੱਲ ਨੂੰ ਡਿਲੀਵਰੀ ਹੋਵੇ ਤੇ ਕੱਪੜਾ ਹੋਰ ਹੋਵੇ ਤਾਂ ਇਹ ਵੀ ਆਪਣੇ ਵੀਵਰਸ ਨੂੰ ਪਤਾ ਹੋਣਾ ਚਾਹੀਦਾ ਹਾਂਜੀ ਹਾਂ ਇਹ ਤੇ ਮੈਂ ਤੁਹਾਨੂੰ ਤਾਂ ਹੀ ਮਤਲਬ ਸਾਰਾ ਕੋਈ ਬਰੀਫਲੀ ਦੱਸ ਰਿਆਂਗਾ ਜਿਹੜੇ ਤੇ ਕੱਪੜਾ ਲੱਗਿਆ ਹੈ ਹੌਲੈਂਡ ਦੇ ਕੱਪੜਾ ਲੱਗਿਆ ਵੈਲਵਟ ਵਾਲਾ ਤੇ ਮਤਲਬ ਕੱਪੜਾ ਵੀ ਐਦਾਂ ਨਹੀਂ ਇੰਨਾ ਹਲਕਾ ਨਹੀਂ ਹੈਗਾ ਵੀ ਮਤਲਬ ਕੋਈ ਛਣ ਜੂਗਾ ਜਾਂ ਟਾਈਮ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਜੂ ਪੂਰਾ ਪ੍ਰੀਮੀਅਮ ਤੇ ਫੈਬਰਿਕ ਲੱਗਿਆਗਾ ਤੇ ਰੇਟ ਵੀ ਇਹਦਾ ਜਿਹੜਾ ਹੈਗਾ ਬਹੁਤ ਅਨਐਕਸਪੈਕਟਿਡ ਜਾਂ ਪ੍ਰਾਈਸ ਹੈ ਇਹ ਸ ਇਸਾਰਾ 26000 ਰੁਪਏ ਦੇ ਵਿੱਚ ਸੋਫਾ ਹੈ। ਅੱਛਾ ਇੰਨਾ ਸਸਤਾ ਹਾਂਜੀ ਹਾਂ ਮਤਲਬ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਕੁਝ ਅਰੇਂਜ ਵੀ ਨਹੀਂ ਕੀਤਾ ਹੋਇਆ ਆਪਦੀ ਜਗ੍ਹਾ ਤੇ ਤੇ ਦੀਵਾਲੀ ਸਹਰੇ ਦੇ ਮਤਲਬ ਆਹ ਫੈਸਟੀਵਲ ਸੀਜ਼ਨ ਕਰਕੇ ਇੰਨਾ ਕੁ ਜਿਆਦਾ ਰਸੀ ਵੀਡੀਓ ਵੀ ਬਹੁਤ ਟਾਈਮ ਵੱਧ ਪਾ ਰਹੇ ਹਾਂ ਤੇ ਫਿਰ ਵੀ ਮਤਲਬ ਤੁਹਾਨੂੰ ਆ ਵੀਡੀਓ ਦੇ ਵਿੱਚ ਹੋਰ ਬਹੁਤ ਨਵੇਂ-ਨਵੇਂ ਆਰਟੀਕਲ ਬਹੁਤ ਘੱਟ ਰੇਂਜ ਦੇ ਵਿੱਚ ਦਿਖਾਵਾਂਗੇ ਤੇ ਜੋ ਕੋਈ ਵੀ ਬੰਦਾ ਵੀਡੀਓ ਦੇਖ ਰਿਹਾਗਾ ਕੋਈ ਆ ਇੰਨੇ ਕੁ ਸਟਾਕ ਤੇ ਨਾ ਜਾਵੇ ਇਹ ਸਿਰਫ ਇੱਕ ਫਲੋਰ ਹੈ ਤੇ ਇਹਦੇ ਨਾਲ ਦੇ 6 ਫਲੋਰ ਹੋਰ ਨੇ ਵੀ ਮਤਲਬ ਜੇ ਕੋਈ ਬੰਦਾ ਆਉਂਦਾਗਾ ਕੋਈ ਆਪਦੇ ਮਤਲਬ ਵਿਆਹ ਸ਼ਰਦੀ ਦੀ ਸ਼ਾਪਿੰਗ ਕਰਨ ਆਉਂਦਾਗਾ ਜਾਂ ਕੋਈ ਵੀ ਚੀਜ਼ ਯਾਰ ਬੰਦਾ ਨਿਰਾਸ਼ ਹੋ ਕੇ ਨਹੀਂ ਜਾਊਗਾ ਕੁਆਲਿਟੀ ਡਿਜ਼ਾਈਨ ਪੱਕੋ ਚੈਰੀਟਾ ਪੱਕੋ ਦਾ ਤੁਹਾਨੂੰ ਪਤਾ ਹੀ ਹੈ ਜੋ ਬੰਦਾ ਸਾਡੀ ਪੁਰਾਣਾ ਜੁੜਿਆ ਹੋਇਆ ਹੈਗਾ ਸਾਡੇ ਚੈਨਲ ਠੀਕ ਆ ਭਾਜੀ ਤੇ ਜਿਹੜਾ ਇਹ ਆਪਣਾ ਸੋਫਾ ਹੈਗਾ ਭਾਜੀ ਜੇ ਮੰਨ ਲਓ ਕਿਸੇ ਨੂੰ ਕਲਰ ਨਾ ਪਸੰਦ ਆ ਆ ਹਾਂ ਵੀਰ ਕਲਰ ਵੀ ਆਪਾਂ ਇਹਦੀ ਕਸਟਮਾਈਜ਼ ਕਰ ਸਕਦੇ ਆ ਕਲਰ ਵੀ ਕਈ ਤਰ੍ਹਾਂ ਦੇ ਨੇ ਜੇ ਕੱਪੜਾ ਕੋਈ ਹੋਰ ਲਗਵਾਉਣਾ ਚਾਹੁੰਦਾ ਹੋਵੇ ਕਲਰ ਜੋ ਮਰਜ਼ੀ ਅਗਲਾ ਕਸਟਮਾਈਜ਼ ਕਰਵਾ ਸਕਦਾ ਹੈ ਜੇ ਅਗਲੇ ਦੇ ਮਤਲਬ ਆ 3 ਸੀਟਰ ਇਧਰ ਨਹੀਂ ਉਧਰ ਲਾਉਣਾਗਾ ਵੱਡਾ ਛੋਟਾ ਕਰਾਉਣਾ ਸਾਰਾ ਕੁਝ ਕਸਟਮਾਈਜ਼ ਹੋ ਜਾਊਗਾ ਠੀਕ ਆ ਜੀ ਹ ਤੇ ਆਪਾਂ ਨੂੰ ਆਹ ਸੋਫਾ ਦੱਸ ਸਕਦੇ ਹੋ ਜਾਂ ਕਿੰਨੇ ਦਾ ਪੈਜੂਗਾ ਹਾਂ ਜਿਹੜਾ ਆ ਸੋਫੇ ਦੀ ਗੱਲ ਕਰ ਰਹੇ ਹਾਂਜੀ ਹਾਂਜੀ ਜਿਹੜਾ ਆ ਸੋਫਾ ਹੈਗਾ ਇਹ 7 ਸੀਟਰ ਸੋਫਾ ਹੈਗਾ ਤੇ 5 ਸੀਟਰ ਦੀ ਐਲ 2 ਸੀਟਰ ਦੀਆਂ ਕੁਰਸੀਆਂ ਵਿਦਰ ਟੇਬਲ ਵਿਦਰ ਗਲਾਸ ਕਪੜਾ ਉਦਾਂ ਦਾ ਹੀ ਲੱਗਿਆ ਗਾਰੰਟੀ ਇਹਦੀ ਵੀ ਹੈ ਪੂਰੀ 5 ਸਾਲ ਦੀ ਦਬਣ ਦੀ ਗਾਰੰਟੀ ਹੈ ਸਾਰਾ ਪੰਜ ਸਾਲ ਦੀ ਭਾਜੀ ਹਾਂਜੀ ਵੀਰੇ 5 ਸਾਲ ਐਂ ਤਾਂ ਭਾਜੀ ਹਰੇਕ ਹੀ ਗਾਰੰਟੀਆਂ ਦੇ ਦਿੰਦਾ ਅਸੀਂ ਕਿਵੇਂ ਯਕੀਨ ਮਾਨ ਹਾਂ ਵੀਰੇ ਲਿਖਤੀ ਚ ਗਾਰੰਟੀ ਹੈ ਸਾਰੀ ਚੀਜ਼ ਦੀ ਲਿਖਤੀ ਚ ਗਾਰੰਟੀ ਹੈ ਔਰਲੀ ਗਾਰੰਟੀ ਨਹੀਂ ਹੈਗੀ ਲਿਖਤੀ ਦੇ ਵਿੱਚ ਗਾਰੰਟੀ ਹੈ ਕਿਉਂਕਿ ਇਦਾਂ ਦੀ ਲੋਕ ਵਾਲੇ ਸ ਬਹੁਤ ਮੁਲਕ ਬੈਠਾ ਬਣਾਉਣ ਵਾਲਾ ਵੀ ਮਤਲਬ ਕਿਹੜੀ ਚੀਜ਼ ਦਾ ਪਤਾ ਲੱਗਦਾ ਕਿਹੜੀ ਚੀਜ਼ ਕਿਨੇ ਬਣਾਈ ਹੈ ਇਹ ਬੰਦਾ ਬੰਦੇ ਦੇ ਕਸਟਮਰ ਦੇ ਮਾਈਂਡ ਦੇ ਵਿੱਚ ਆਉਂਦਾ ਵੀ ਆਪਾਂ ਨੂੰ ਕਿਵੇਂ ਉਹ ਰਹੂਗਾ ਵੀ ਛੋਟ ਹੀ ਰਹੂਗੀ ਵੀ ਬੰਦੇ ਕਹ ਲੂ ਗਾਰੰਟੀ ਦੇਣਗੇ ਨਹੀਂ ਦੇਣਗੇ ਤਾਂ ਕਿ ਇਹਦੇ ਨਾਲ ਤੇ ਬਹੁਤ ਸੋਫੇ ਬਣ ਬਣ ਕੇ ਸੇਲ ਹੋ ਜਾਂਦੇ ਨੇ ਉਹ ਸਾਡੇ ਲਈ ਵੀ ਚੀਜ਼ ਬਿਹਤਰ ਆ ਸਾਨੂੰ ਵੀ ਸਰਵਿਸ ਦੇਣੀ ਸੌਖੀ ਹੈ ਤੇ ਅਸੀਂ ਤਾਂ ਕਰਕੇ ਲਿਖਤੀ ਚ ਕਸਟਮਰ ਨੂੰ ਗਾਰੰਟੀ ਦਿੰਦੇ ਆ ਠੀਕ ਆ ਭਾਜੀ ਤੇ ਆਹ ਬੜਾ ਸੋਹਣਾ ਮਤਲਬ ਕਿਹੜਾ ਕੱਪੜਾ ਭਾਜੀ ਆਹ ਸੋਫੇ ਦੇ ਤੇ ਇਹ ਵੀ ਲੈਦਰ ਸਵਾਇਡ ਕੱਪੜਾ ਹੈਗਾ ਜਿਵੇਂ ਆ ਇਹਨੂੰ ਆਪਾਂ ਗਿੱਲਾ ਕ ਦੇ ਵਿੱਚ ਵੀ ਮਤਲਬ ਐਦਾਂ ਦੇ ਵੱਡੇ ਸੋਫੇ ਬਣਾ ਕੇ ਅਗਲਾ ਹਲਕੀ ਰੈਕਸ਼ਨ ਲਾ ਦਿੰਦਾ ਕਿਉਂਕਿ ਹੁੰਦਾ ਟਾਈਮ ਨਾਲ ਤਰੇੜਾਂ ਪੈ ਜਾਂਦੇ ਟੁੱਟਣ ਲੱਗ ਜਾਂਦੀ ਹੈ ਐਦਾਂ ਦੀਆਂ ਬਹੁਤ ਦਿੱਕਤ ਆ ਜਾਂਦੀ ਹੈ ਪਰ ਇਹ ਜਿਹੜਾ ਲੱਗਿਆਗਾ ਪ੍ਰੀਮੀਅਮ ਕਪੜਾ ਲੱਗਿਆ ਲੈਦਰ ਸੌਇਟ ਤੇ ਇਹ ਇਹਨੂੰ ਆਪਾਂ ਇਹ ਨਾਲ ਇਹ ਤਰੇੜਾਂ ਪੈਣ ਨਾ ਇਹ ਛਣੇ ਕਿਸੇ ਵੀ ਤਰ੍ਹਾਂ ਕੋਈ ਵੀ ਦਿੱਕਤ ਨਹੀਂ ਗੱਡੀ ਦਾ ਮੈਂ ਤੁਹਾਨੂੰ ਦੱਸਿਆ ਹੀ ਹੈ ਪੂਰੀ 5 ਸਾਲ ਦੀ ਗਾਰੰਟੀ ਇਹਦੇ ਨਾਲ ਕੁਸ਼ਨ ਵਗੈਰਾ ਵੀ ਲੱਗਣਗੇ ਠੀਕ ਆ ਹਾਂ ਮਤਲਬ ਗੱਦੀਆਂ ਵਗੈਰਾ ਧਰੀਆਂ ਜਾਣੀਆਂ ਹਾਂ ਇਹ 9 ਸੀਟਰ ਸੋਫਾ ਦਾ ਕੰਪਲੀਟ ਹੈ ਜੀ ਹਾਂ ਜੀ ਹਾਂ ਜੀ ਇਟਸ ਅ ਕਲਰ ਕਸਟਮਾਈਜ਼ ਕਰਵਾ ਸਕਦੇ ਜੇ ਗੱਲ ਕਰੀਏ ਰੇਟ ਦੀ ਇਹ ਸਾਰਾ 9 ਸੀਟਰ ਕੰਪਲੀਟ ਸੋਫਾ ਸਟੇਨਲੈਸ ਸਟੀਲ ਦੇ ਵਿਦ ਗਲਾਸ ਵਿਦ ਸਾਰਾ ਕੁਝ ਕੰਪਲੀਟ ਸਿਰਫ 32000 ਸਾਡੇ 32000 ਦਾ ਭਾਈ ਜੀ ਹਾਂ 32000 ਇਹ ਬਾਜ਼ਾਰਾਂ ਬਜ਼ੂਰਾਂ ਚ ਕੀ ਮਤਲਬ ਦਿੰਦੇ ਹੋਣਗੇ ਆਪਣੇ ਬਾਜ਼ਾਰਾਂ ਦੇ ਵਿੱਚ ਇਹਦਾ ਰੇਟ ਹੈਗਾ ਤਕਰੀਬਨ 40-45000 ਕੁਛ ਇਦਾਂ ਦਾ ਰੇਟ ਹੈਗਾ ਦੇ ਚਾਹੇ ਐਂਡ ਤੇ ਵੀ ਮਤਲਬ ਝੂਠ ਸੱਚ ਜਾਂ ਬਹੁਤ ਚੱਲਦਾਗਾ ਹਾਂਜੀ ਮਤਲਬ ਤੁਸੀਂ ਕੁਆਲਿਟੀ ਪੱਖੋਂ ਜੇ ਤੁਹਾਡੀ ਗਰੰਟੀ ਹੋ ਗਈ ਹਾਂ ਕੁਆਲਿਟੀ ਪੱਖੋਂ ਵੀ ਗਰੰਟੀ ਹੈ ਤੇ ਰੇਟ ਪੱਖੋਂ ਵੀ ਗਰੰਟੀ ਆਸੀ ਮਤਲਬ ਕਸਟਮਰ ਦਾ ਵਿਸ਼ਵਾਸ ਜਿੱਤਦੇ ਹਾਂ ਬੰਦਾ ਕਹਿੰਦਾ ਵੀ ਹਾਂ ਬਰਨਾਲਾ ਵੋਟਸ ਵਾਲੇ ਦੇ ਜਾਓ ਜੋ ਉਹਨਾਂ ਨੇ ਰੇਟ ਦੱਸਤਾ ਉਹ ਸਹੀ ਤੇ ਲਾਸਟ ਰੇਟ ਹੋਗਾ ਬੱਸ ਉਹ ਚੁੱਪ ਕਰਕੇ ਚੀਜ਼ ਲੈਓ ਜਿਹੜੀ ਮਨ ਨੂੰ ਜੱਜਦੀ ਹੈ ਮਤਲਬ ਸਾਰੇ ਕਸਟਮਰਸ ਵਾਸਤੇ ਸਾਡਾ ਇੱਕ ਹੀ ਪ੍ਰਾਈਸ ਹੈ ਤੇ ਮਤਲਬ ਹੋਲ ਸੇਲ ਆ ਰਿਹਾ ਰੇਟ ਦੇ ਦਿੰਦੇ ਹਾਂ ਸਾਰਿਆਂ ਨੂੰ ਹਾਂਜੀ ਹਾਂ ਪ੍ਰਾਈਸ ਦੀ ਕੁਆਲਿਟੀ ਦੀ ਸਾਰੇ ਚੀਜ਼ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਪ ਬਾਜੀ ਹੋਰ ਵੀ ਡਿਜ਼ਾਈਨ ਦਿਖਾ ਦਿਓ ਸਾਨੂੰ ਹਾਂਜੀ ਹਾਂ ਬਈ ਹੋਰ ਵੀ ਬਹੁਤ ਆਰਟੀਕਲ ਜਿਵੇਂ ਆ ਵੀ 9 ਸੀਟਰ ਸੋਫਾ ਪਿਆਗਾ ਕੁਰਸੀ ਦੇਖੋ ਸਾਰਾ ਸਵੈਟ ਕਪੜਾ ਲੱਗਾ ਹੋਇਆ ਪੂਰੀ ਮਜ਼ਬੂਤ ਕੁਰਸੀ ਐ हां जी हां जी जिने मर्ज़ी वजन ਵਾਲਾ ਬੰਦਾ ਵੇਜੇ 1% ਵੀ ਕੋਈ ਵੀ ਦਿੱਕਤ ਨਹੀਂ ਹੋਣੀ ਤੇ ਇਹਨੂੰ ਵੀ ਆਪਾਂ ਕਸਟਮਾਈਜ਼ ਕਰਵਾ ਸਕਦੇ ਹਾਂ ਰੇਟ ਉਹੀ ਜਿਹਨੇ 34000 ਰੁਪਏ ਦੀ ਰੇਂਜ ਦੇ ਵਿੱਚ ਤੇ ਇਹ ਭਾਜੀ ਆਪਾਂ ਨੂੰ ਮਾੜਾ ਮੋੜਾ ਲੱਕੜ ਲੁੱਕੜ ਦੱਸ ਸਕਦੇ ਆ ਆਪਣੇ ਸੋਫੇ ਜੀ ਹਾਂ ਵੀਰੇ ਸਾਰੇ ਜਿਹੜੇ ਸੋਫੇ ਹੁੰਦੇ ਨੇ ਸਾਰੇ ਇਹਨਾਂ 'ਚ ਡੇਕ ਦੀ ਲੱਕੜ ਯੂਜ਼ ਕੀਤੀ ਹੁੰਦੀ ਹੈ ਢਾਂਚਾ ਡੇਕ ਦਾ ਹੁੰਦਾ ਹੈ ਇਹ ਇਹ ਕੀ ਚੱਕਰ ਭਾਜੀ ਕਈ ਬੰਦੇ ਬੜੇ ਇੰਟਰਸਟਿਡ ਹੁੰਦੇ ਆ ਸਾਗਮਾਨ ਲਈ ਜਾਂ ਟਾਲੀ ਲਈ ਉਹਦੀਆਂ ਲੱਕੜਾ ਉਹ ਕਾਤੋਂ ਨਹੀਂ ਪਉਂਦੇ ਤੁਸੀਂ ਇਹ 'ਚ ਪਹਿਲਾਂ ਤਾਂ ਮੈਂ ਤੁਹਾਨੂੰ ਡੇਕ ਦਾ ਦੱਸ ਦਿੰਨੇ ਆ ਜਿਹੜੀ ਲੱਕੜ ਐ ਉਹ ਡੇਕ ਲ ਚਾਰਾਂ ਦੇ ਵਿੱਚ ਉਹਦੇ ਚ ਡੇਕ ਹੋ ਗਿਆ ਮਰੀਂਡੀ ਹੋ ਗਿਆ ਅੰਬ ਦੀ ਲੱਕੜ ਉਹ ਕਿ ਐਦਾਂ ਦੀ ਲੱਕੜਾਂ ਪੈਂਦੀਆਂ ਆਪਣਾ ਡੇਕ ਪਾਉਣ ਦਾ ਇਹ ਮਕਸਦ ਹੈ ਡੇਕ ਕੋ ਕੌੜੀ ਹੁੰਦੀ ਹੈ ਇਨੂੰ ਜਲਦੀ ਘੋਣਾ ਨਹੀਂ ਲੱਗਦਾ ਆਂਬ ਮਰਿੰਡੀ ਇਹਦੇ ਨਾਲੋਂ ਸਸਤੀ ਵੀ ਹੁੰਦੀ ਹੈ ਤੇ ਉਹਨੂੰ ਘੋਣਾ ਘੋਣਾ ਲੱਗਣ ਦਾ ਵੀ ਚੱਕਰ ਪੈ ਸਕਦਾ ਉਹਦੇ ਟਾਲੀ ਸਾਗਵਣ ਪੁੱਛ ਰਹੇ ਹਾਂ ਜਿਵੇਂ ਆ ਬਣੇਗਾ ਆ ਸੋਫਾ ਬਣਿਆ ਹੈ ਪਾਲਿਸ਼ ਵਾਲਾ ਇਹ ਸਾਗਵਣ ਦੇ ਵਿੱਚ ਬਣਿਆ ਉਹ ਟਾਲੀ ਦੇ ਵਿੱਚ ਬਣਿਆ ਵੀ ਮੇਰੇ ਕਹਿਣ ਦਾ ਮਕਸਦ ਹੈ ਵੀ ਜਿਹੜੀ ਪਾਲਿਸ਼ ਵਾਲੀਆਂ ਆਈਟਮਾਂ ਹੁੰਦੀਆਂ ਗੀਆਂ ਉਹ ਟਾਲੀ ਸਾਗਵਣ ਦੇ ਵਿੱਚ ਬਣਦੀਆਂ ਹੁੰਦੀਆਂ ਉਹਨਾਂ ਦਾ ਰੇਸ਼ਾ ਹੋ ਗਿਆ ਉਹਨਾਂ ਦੀ ਪਿਓਰਿਟੀ ਉਹ ਚੀਜ਼ ਤੋਂ ਸਾਰੀ ਚੀਜ਼ ਦਾ ਪਤਾ ਲੱਗਦਾਗਾ ਇਹ ਸੋਫਿਆਂ ਦੇ ਵਿੱਚ ਆਪਾਂ ਪਾਲਿਸ਼ ਕਰਕੇ ਪਾਲਿਸ਼ ਤੇ ਚ ਦਿਖਣੀ ਨਹੀਂ ਲੱਕੜੇ ਦੇ ਅੰਦਰ ਅੰਦਰ ਰਹੇਗੀ ਠੀਕ ਹੈ ਨਾ ਤੇ ਇਹਦੇ ਚ ਵੀ ਆਪਾਂ ਟਾਲੀ ਸਾਗ ਇਹਦੇ ਚ ਆਪਾਂ ਟਾਲੀ ਸਾਗਵਣ ਦੀ ਜਗ੍ਹਾ ਡੇਕ ਤਾਣੀ ਯੂਜ਼ ਕਰਦੇ ਵੀ ਟਾਈਮ ਨਾਲ ਜੇ ਆਪਾਂ ਇਹ ਚ ਡੇਕ ਚ ਬਣੀਆਂ ਹੋਣੀਆਂ ਹਲਕੀਆਂ ਹਲਕੀਆਂ ਤਰੇੜਾਂ ਪੈ ਲੱਗ ਜਾਣੀਆਂ ਜੋ ਕਿ ਬਹੁਤ ਬੁਰਾ ਲੱਗੂਗਾ ਪਾਲਸ਼ ਵਾਲੀ ਚੀਜ਼ਾਂ ਦੇ ਵਿੱਚ ਇਹਦੇ ਚ ਤਰੇੜ ਪੈ ਵੀ ਜਾਵੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਤਰੇੜ ਪੈ ਰਹੀ ਹੈ ਅੰਦਰ ਪੈ ਰਹੀ ਹੈ ਉਹ ਕਿਹੜਾ ਪਤਾ ਲੱਗਣਾ ਹਾਂ ਕਈ ਵਾਰ ਆਪਣੇ ਮਾਈਂਡ ਦੇ ਵਿੱਚ ਹੁੰਦਾਗਾ ਕਿ ਹਾਂ ਤਰੇੜ ਪੈ ਗਈ ਤਾਂ ਉਹਦਾ ਮਤਲਬ ਕਮਜ਼ੋਰ ਹੋ ਜਾਊਗਾ ਢਾਂਚਾ ਤੇ ਹੋਰ ਹੋ ਜੂਗਾ ਉਸ ਤਰ੍ਹਾਂ ਦੀ ਵੀ ਕੋਈ ਵੀ ਦਿੱਕਤ ਨਹੀਂ ਹੁੰਦੀ ਇਹਨੂੰ ਸਾਡਾ ਮਤਲਬ ਰੈਗੂਲਰ ਦਾ ਕੰਮ ਹੈ ਫੁੱਲ ਗਾਰੰਟੀ ਵਾਲਾ ਸਾਰਾ ਸਿਸਟਮ ਹੈ ਆ ਬਣਦੇ ਨੇ ਟਾਲੀ ਸਾਗ ਬਣਦੇ ਵਿੱਚ ਬਣਦੇ ਨੇ ਪੌਲਸ ਵਾਲੀ ਆਈਟਮਾਂ ਠੀਕ ਹੈ ਜੀ ਬਈ ਲੋਕਾਂ ਦੇ ਬਜਾਰਾਂ ਦੇ ਵਿੱਚ ਕੀ ਕਰਦੇ ਆ ਸੋਫੇ ਟ ਅਮਰਿੰਡੀ ਹੋ ਗਿਆ ਅੰਬ ਇਹ ਜਿਹੜੀਆਂ ਲੱਕੜਾਂ ਦੇ ਬਣੀਆਂ ਜਾਂਦੇ ਨੇ ਪਰ ਸਾਡਾ ਡੇਕ ਦੇ ਵਿੱਚ ਬਣਿਆ ਹੋਊਗਾ ਤੇ ਕੁਆਲਿਟੀ ਪੱਖੋਂ ਫੁੱਲ ਜ਼ਿੰਮੇਵਾਰੀ ਹੋਊਗੀ ਜੇ ਇਹ ਮਤਲਬ ਤੁਹਾਡਾ ਕੱਚਾ ਮਾਲ ਆਈ ਮਤਲਬ ਇਹ ਇਦਾਂ ਦਾ ਵੀ ਪਹਿਲਾਂ ਤੁਸੀਂ ਤੁਹਾਡਾ ਕੱਚਾ ਮਾਲ ਹੁੰਦਾ ਫਿਰ ਤੁਸੀਂ ਇਦਾਂ ਦੇ ਸੋਫੇ ਵੀ ਤਿਆਰ ਕਰਦੇ ਇਹ ਸਾਰਾ ਮਤਲਬ ਜੋ ਕੀਤਾ ਹੋਇਆ ਹੈਗਾ ਸਾਰਾ ਆਰਡਰ ਤੇ ਰੈਡੀ ਕੀਤਾ ਹੋਇਆ ਹੈਗਾ ਇਹ ਵੀ ਕਸਟਮਰ ਨੇ ਸਿਰਫ ਸਾਨੂੰ ਫੋਟੋ ਦਿਖਾਈ ਆ ਫੋਟੋ ਦੇ ਹਿਸਾਬ ਨਾਲ ਰੈਡੀ ਕੀਤਾ ਹੋਇਆਗਾ ਇਹ ਕਸਟਮਰ ਦੇ ਮਤਲਬ ਸੋਫੇ ਪੈਂਡਿੰਗ ਪਏ ਨੇ ਕਸਟਮਰ ਆਉਣਗੇ ਫੈਬਰਿਕ ਸਿਲੈਕਟ ਕਰਨਗੇ ਫਿਰ ਆਪਾਂ ਇਹ ਕਿ ਮਤਲਬ ਜਿੱਦਾਂ ਦਾ ਕੋਈ ਜਿੱਦਾਂ ਦੀ ਮਰਜ਼ੀ ਤਸਵੀਰ ਲੈ ਕੇ ਆ ਜਾਓ ਤੁਸੀਂ ਉਹ ਤੋਂ ਦੱਸੋ ਪਹਿਲਾਂ ਆਪਾਂ ਮਤਲਬ ਕਸਟਮਰ ਕੱਚਾ ਤਿਆਰ ਕਰਾਉਨੇ ਆ ਸੋਫਾ ਉਹਨੇ ਲੱਕੜ ਦੀ ਰੋ ਮਟੀਰੀਅਲ ਸੱਲੀ ਕਰਾਉਨੇ ਆ ਪਾਲਿਸ਼ ਕਰਾ ਕੇ ਫਰੀਦੀ ਫਿਨਿਸ਼ਿੰਗ ਦੀ ਤਸੱਲੀ ਕਰਾਵਾਂਗੇ ਤੇ ਫੈਬਰਿਕ ਪਸੰਦ ਕਰਾਵਾਂਗੇ ਫਿਰ ਤੀਜੀ ਵਾਰ ਦੇ ਵਿੱਚ ਰੈਡੀ ਹੋ ਕੇ ਡਿਲੀਵਰ ਹੋਊਗਾ ਸੋ ਠੀਕ ਹੈ ਮਤਲਬ ਕੁਆਲਿਟੀ ਦੀ ਫੁੱਲ ਗਾਰੰਟੀ ਹੈ ਤੁਹਾਡੇ ਵੱਲੋਂ ਹਾਂ ਕੁਆਲਿਟੀ ਦੀ ਫੁੱਲ ਗਾਰੰਟੀ ਹੈ ਸਾਡੇ ਵੱਲੋਂ ਤੇ ਆਹ ਆਪਣੇ ਇੱਧਰ ਗ੍ਰੀਨ ਦੇ ਵਿੱਚ ਸੋਫਾ ਜੀ ਹਾਂ ਗ੍ਰੀਨ ਦੇ ਵਿੱਚ ਵੀ ਇਹੀ ਉਹੀ ਸਿਸਟਮ ਹੈ ਜੋ ਤੁਹਾਨੂੰ ਨਾਈਨ ਸੀਟਰ ਪਹਿਲਾਂ ਦਿਖਾਏ ਨੇ ਉਹੀ 33000 ਰੁਪਏ ਦੀ ਰੇਂਜ ਦੇ ਵਿੱਚ ਹੈ ਠੀਕ ਹੈ ਮਤਲਬ ਕਲਰ ਹੀ ਹੈ ਮਾੜਾ ਮੋਟਾ ਡਿਜ਼ਾਈਨ ਦਾ ਫਰਕ ਹੈ ਜਿਹੇ ਜਾਂ ਮਰਜ਼ੀ ਤੁਸੀਂ ਤਿਆਰ ਕਰਵਾ ਸਕਦੇ ਹੋ ਅੱਛਾ ਬਾਕੀਆਂ ਬਤ ਛੋਟੇ ਸੋਫੇ ਹੋਗੇ ਜਿਵੇਂ 7 ਸੀਟਰ ਛੋਟਾ ਸੋਫਾ ਬਣਿਆ ਹੋਇਆ ਹੈਗਾ ਹਾਂਜੀ ਹਾਂਜੀ ਜਿਵੇਂ ਕਿਸੇ ਦੇ ਕਈ ਵਾਰੀ ਕੋਈ ਰੂਮ ਛੋਟਾਗਾ ਤਾਂ ਉੱਥੇ ਆਪਾਂ ਛੋਟੇ ਸੋਫੇ ਵਗੈਰਾ ਆਪਾਂ ਉਹ ਕਰਵਾ ਸਕਦੇ ਹਾਂ ਇੱਕ ਜਿਵੇਂ ਤੁਸੀਂ ਆਪਣਾ ਪਿਛਲੀ ਵਾਰ ਵੀਡੀਓ ਦੇ ਵਿੱਚ ਦੇਖਿਆ ਹੋਗਾ ਇਹ 11 ਸੀਟਰ ਸੋਫਾ ਦੇਖਿਆ ਹੋਊਗਾ ਇਹਦੇ ਨਾਲ ਦਾ ਵੱਡਾ ਸੋਫਾ ਬਣਿਆ ਹੋਇਆ ਸੀ ਇੱਕ ਕਸਟਮਰ ਨੇ ਉਹ ਸੋਫਾ ਦੇਖ ਕੇ ਇਹ 7 ਸੀਟਰ ਸੋਫਾ ਮਤਲਬ 7.5 ਬਾਈ 8.5 ਕੁਛ ਐਦਾਂ ਦੀ ਮੇਜਰਮੈਂਟ ਦੇ ਵਿੱਚ ਬਣਿਆ ਹੋਇਆ ਹੈ ਤੇ ਇਹ ਕੁਰਸੀਆਂ ਕਿਸੇ ਹੋਰ ਸੋਫੇ ਦੇ ਨਾਲ ਸੀ ਪਰ ਕਸਟਮਰ ਨੂੰ ਇਹ ਸੋਫੇ ਦੀਆਂ ਕੁਰਸੀਆਂ ਵਧੀਆ ਲੱਗੀਆਂ ਇਹ ਸੋਫੇ ਦੇ ਨਾਲ ਇਹ ਕੁਰਸੀਆਂ ਐਡ ਕਰ ਲਈਆਂ ਵੀ ਆਪਣੇ ਅਕੋਰਡਿੰਗ ਆਪਾਂ ਸਾਰੀ ਚੀਜ਼ ਕਸਟਮਾਈਜ਼ ਕਰ ਸਕਦੇ ਹਾਂ بس ਜੋ ਵੀ ਕਸਟਮਰ ਸਾਡੇ ਕੋਲ ਆਉਂਦਾ ਥੋੜਾ ਜਿਹਾ ਸਾਨੂੰ ਟਾਈਮ ਦੇਵੇ ਥੋੜਾ ਸਮਾਂ ਦੇਵੇ ਅਗਲੇ ਦੇ ਅਕੋਰਡਿੰਗ ਸਾਰੀ ਚੀਜ਼ ਕਸਟਮਾਈਜ਼ ਹੋ ਜਾਊਗੀ ਹਾਂਜੀ ਹਾਂਜੀ ਸਮਾਂ ਕੁਛ ਐਦਾਂ ਵੀ ਨਹੀਂ ਮੰਗਦੇ ਮੰਨੋ ਕਰੇ ਮਿਸਤਰੀ ਲਾਗੇ ਉਹ ਮੀਨਾ ਕਹ ਕੇ 2 2 3 3 ਮਹੀਨੇ ਲਾ ਦਿੰਦੇ ਨੇ ਸਮਾਂ ਕੁਛ ਐਦਾਂ ਦੀ ਚੀਜ਼ ਆ ਵੀ ਮਤਲਬ ਕਸਟਮਰ ਸਾਡੇ ਕੋਲ ਆਉਂਦਾਗਾ ਵੀ ਐਟ ਅ ਟਾਈਮ ਕੋਈ ਕਸਟਮਰ ਕਹੇ ਵੀ ਹਾਂ ਵੀ ਉਹਨਾਂ ਦੇ ਅਕੋਰਡਿੰਗ ਚੀਜ਼ ਬਣ ਜੂਗੀ 5-7 ਦਿਨਾਂ ਦਾ ਟਾਈਮ ਇੰਨੇ ਇੰਨੇ ਕਿ ਟਾਈਮ ਨੂੰ ਸਮਾਂ ਕਹਿੰਦੇ ਐਨਾ ਕਿ ਟਾਈਮ ਦਵੇ ਕਸਟਮਰ ਐਨਾ ਕਿ ਟਾਈਮ ਤਾਂ ਭਾਜੀ ਲੱਗ ਹੀ ਜਾਂਦਾ ਹੈਗਾ ਹਾਂ ਐਨਾ ਕਿ ਟਾਈਮ ਤਾਂ ਲੱਗ ਹੀ ਜਾਂਦਾ ਹੈਗਾ ਮਤਲਬ ਆਸੀਂ ਆਪਦੇ ਕੋਲੋਂ ਕੋਸ਼ਿਸ਼ ਕਰਦਾ ਬੈਸਟ ਸਰਵਿਸ ਦੀ ਹੈ ਤੇ ਫਾਸਟ ਦੀ ਹੈ ਠੀਕ ਆ ਹਾਂਜੀ ਹਾਂ ਤੇ ਭਾਜੀ ਹੁਣ ਇੰਨਾ ਸਮਾਨ ਤਾਂ ਤੁਸੀਂ ਦਿਖਾਤਾ ਹੁਣ ਤੁਸੀਂ ਆਪਦਾ ਐਡਰੈਸ ਵੀ ਦੱਸ ਦੋ ਕਿਤੇ ਆਪਣੇ ਕਸਟਮਰ ਦੇਖੀ ਜਾਣ ਵੀ ਇਹ ਹੈ ਕਿੱਥੇ ਸ਼ਾਪ ਨਹੀਂ ਇਹ ਜਿਹੜਾ ਸਾਰਾ ਸਾਡਾ ਐਡਰੈਸ ਹੈ ਮੈਂ ਤੁਹਾਨੂੰ ਦੱਸ ਦਿੰਦਾ ਇਹ ਨਿਊ ਬੱਸ ਸਟੈਂਡ ਰੋਡ ਜੀ ਹਾਂ ਬਰਨਾਲੇ ਬੱਸ ਸਟੈਂਡ ਕੋਲ ਸ਼ੋਰੂਮ ਹੈ ਪ੍ਰੇਮ ਪ੍ਰਧਾਨ ਮਾਰਕੀਟ ਦੇ ਜਮਾ ਓਪੋਜ਼ਿਟ ਗਲੀ ਦੇ ਵਿੱਚ ਹੈ ਕਾਰਨਰ ਤੇ ਭਾਂਡਿਆਂ ਦੀ ਦੁਕਾਨਾ ਬਰਨਾਲਾ ਵਰਡਸ ਬਾਕੀ ਤੁਸੀਂ ਨਿچے ਦਿੱਤੇ ਗਏ ਨੰਬਰ 98042 42042 ਤੇ ਕਾਲ ਵੀ ਕਰ ਸਕਦੇ ਹੋ ਤੇ ਤਾਂ ਭਾਜੀ ਚਲੋ ਤੁਸੀਂ ਦੱਸਤਾ ਜੇ ਹੁਣ ਕੱਲੂ ਅਗਲੇ ਨੇ ਡਿਲੀਵਰੀ ਕਰਾਉਣੀ ਹੈ ਹੁਣ ਆਦਾ ਟਰੈਕਟਰ ਟਰਾਲੀ ਲੈਣਾ ਹੋਣਾ ਕੋਈ ਦੇ ਡਿਲੀਵਰੀ ਚਾਰजेस ਵੀ ਸਾਡੇ ਬਹੁਤ ਜਨਨ ਨੇ ਅਸੀਂ ਆਪ ਹੀ ਡਿਲੀਵਰ ਕਰਵਾ ਦਿੰਨੇ ਆ। ਉਹ ਸਾਡੇ ਡਿਲੀਵਰੀ ਸਿਸਟਮ ਆ ਪੰਜਾਬ ਜਾਂ ਨੀਅਰ ਬਾਏ ਪੰਜਾਬ ਦੇ ਸਟੇਟਸ ਦੇ ਵਿੱਚ ਹੈ ਜਾਂ ਅਸੀਂ ਫੋਰਨ ਦੀ ਸ਼ਿਪਮੈਂਟ ਵੀ ਕਰਦੇ ਆ। ਕਸਟਮਰ ਸਾਨੂੰ ਉਹਦੇ ਲਈ ਵੀ ਕੰਟੈਕਟ ਕਰ ਸਕਦੇ ਆ। ਅੱਛਾ ਵੀ ਫੋਰਨ ਦੇ ਵਿੱਚ ਵੀ ਮੰਗਵਾ ਸਕਦੇ ਆ। ਹਾਂਜੀ ਹਾਂ ਫੋਰਨ ਦੇ ਵਿੱਚ ਵੀ ਮੰਗਵਾ ਸਕਦਾ ਕਸਟਮਰ। ਫਿਰ ਇਹ ਬਾਲਾ ਮਹਿੰਗਾ ਨਹੀਂ ਪੈ ਜਾਊ ਜੀ? ਨਹੀਂ ਮਤਲਬ ਕਸਟਮਰ ਨੀਅਰ ਬਾਏ ਪੋਰਟ ਦਾ ਸਾਡਾ ਐਡਰੈਸ ਭੇਜ ਕੇ ਅਫਰੇਟ ਵਗੈਰਾ ਪੁੱਛ ਸਕਦੇ ਨੇ ਪਰ ਬਹੁਤ ਕੰਟਰੀ ਇਹ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਹੋਇਆਗਾ ਕਿ ਜੇ ਅਗਲਾ ਬਾਹਰਲੇ ਰੇਟਾਂ ਨਾਲ ਕੰ ਜੇ ਡਿਰੀਕਵਾਰ ਦੇ ਹਿਸਾਬ ਨਾਲ ਚੀਜ਼ ਬਣੇ ਜੇ ਡਿਲੀਵਰੀ ਕਰਵਾਉਂਦੇ ਤਾਂ ਵੀ ਸਸਤਾ ਪਊਗਾ ਹਾਂਜੀ ਜੇ ਡਿਲੀਵਰੀ ਕਰਵਾਉਂਦੇ ਨੇ ਲੱਖ 2 ਲੱਖ ਇਧਰ ਫਰੇਟ ਦਾ ਲੱਗ ਵੀ ਜਾਂਦਾ ਹੈ ਟੈਕਸ ਵਗੈਰਾ ਲੱਗ ਵੀ ਜਾਂਦੇ ਨੇ ਜੇ ਮੈਂ ਇਕੱਠਾ ਸਮਾਨ ਲੈਣਾ ਘਰ ਦਾ ਇਕੱਠਾ ਸਮਾਨ ਲੈਣ ਫਿਰ ਵੀ ਮਤਲਬ ਅਗਲੇ ਹਿਸਾਬ ਨਾਲ ਸਸਤਾ ਪਊਗਾ ਬਾਹਰਲੀ ਕੰਟਰੀ ਦੇ ਹਿਸਾਬ ਨਾਲ ਸਸਤਾ ਪਊਗਾ ਤੇ ਮੇਨ ਗੱਲ ਅਗਲੇ ਨੂੰ ਟੇਸਟ ਇੰਡੀਅਨ ਮਿਲ ਜੂਗਾ ਜਿੱਦਾਂ ਦੀ ਅਗਲੇ ਚੀਜ਼ ਬਣਾਉਣੇ ਅਗਲਾ ਉਦਾਂ ਦੀ ਚੀਜ਼ ਬਣਵਾ ਸਕਦਾ ਹਾਂਜੀ 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 ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸਾਡੀ